ਇਹ ਹੈ ਪਿੰਡ ਚਨੇੜੀ। ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਆਪਣੇ ਆਪ ਵਿੱਚ ਕਈ ਰਹੱਸ ਸਮੋਈ ਬੈਠਾ ਹੈ। ਇਸ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਹੈ, ਡੇਰਾ ਬਾਬਾ ਮਾਧੋਦਾਸ। ਮਾਨਤਾ ਹੈ ਕਿ ਕੋਈ ਵੀ ਪਿੰਡ ਵਾਸੀ ਪਿੰਡ ਵਿੱਚ ਇਸ ਡੇਰੇ ਤੋਂ ਉੱਚਾ ਮਕਾਨ ਨਹੀਂ ਪਾ ਸਕਦਾ। ਜੋ ਕੋਈ ਅਜਿਹੀ ਹਿੰਮਤ ਕਰਦਾ ਹੈ ਤਾਂ ਉਸ ਦਾ ਵੰਸ਼ ਖਤਮ ਹੋ ਜਾਂਦਾ ਹੈ। ਸਾਡੇ ਬਾਬੇ ਮਾਧੋਦਾਸ ਦੀ ਹੈ ਵੀਰਾ, ਇਹ ਐਂ ਪਰੰਪਰਾ ਇਹਦੀ ਇਹ ਹੈ ਵੀ ਜਾਣੀ ਇਹ ਤੋਂ ਚਾਰ ਮਜਲੇ ਤੋਂ ਉੱਤੋਂ ਦੀ ਅਸੀਂ ਪਾ ਨਹੀਂ ਸਕਦੇ ਬਾਬਿਆਂ ਦੀ, ਇਹ ਤੋਂ ਥੱਲੇ ਨੀਚੇ ਪਾ ਸਕਦੇ ਹਾਂ ਹੇਠਲੇ ਪਾਸੇ। ਹਾਂ, ਇਹ ਬਾਬੇ ਦਾ ਸਥਾਨ ਹੈ, ਬਾਬੇ ਦੀ ਪਰੰਪਰਾ ਹੈ। ਮਤਲਬ ਜੇ ਕਿਸੇ ਨੇ ਉੱਚੀ ਜਗ੍ਹਾ ਤੇ ਪਾਉਣ ਦੀ ਕੋਸ਼ਿਸ਼ ਕੀ, ਕੋਈ ਹੋਇਆ ਤੁਹਾਡੇ ਧਿਆਨ ਚ ਹੋਵੇ ਕਿਸੇ ਨੇ ਪਾਇਆ ਹੋਵੇ? ਹਾਂ ਹਾਂ ਬੇਟੇ, ਉਹਨਾਂ ਦਾ ਨੁਕਸਾਨ ਹੁੰਦਾ ਹੈ, ਉਹਨਾਂ ਦੇ ਨਾ ਕਾਕਾ ਹੋਵੇ ਨਾ ਵਾਧਾ ਹੋਵੇ, ਦੋ ਚੀਜ਼ਾਂ ਹੋ ਨਹੀਂ ਸਕਦੀਆਂ, ਘਰ ਦੇ ਵਿੱਚ ਵਾਧਾ ਵੀ ਨਹੀਂ ਹੋ ਸਕਦਾ। ਇਸ ਡਰ ਦੇ ਚੱਲਦੇ ਪਿੰਡ ਵਿੱਚ ਕੋਈ ਵੀ ਮਕਾਨ ਇਸ ਡੇਰੇ ਤੋਂ ਉੱਚਾ ਨਹੀਂ ਹੈ। ਇੱਕ ਵਾਰ ਕਿਸੇ ਨੇ ਅਜਿਹੀ ਹਿੰਮਤ ਵੀ ਕੀਤੀ ਸੀ ਤੇ ਡੇਰੇ ਤੋਂ ਉੱਚੀ ਹਵੇਲੀ ਪਾਈ ਸੀ, ਪਰ ਫਿਰ ਉਸਦਾ ਪਰਿਵਾਰ ਅੱਗੇ ਨਹੀਂ ਵੱਧ ਸਕਿਆ। ਪਰਿਵਾਰ ਨੂੰ ਅੱਗੇ ਵਧਾਉਣ ਲਈ ਉਹਨਾਂ ਨੂੰ ਆਪਣਾ ਘਰ ਛੱਡਣਾ ਪਿਆ। ਇਹ ਹਵੇਲੀ ਅੱਜ ਵੀ ਖੰਡਰ ਹੋ ਚੁੱਕੀ ਹੈ। ਇਹ ਜੀ ਮੇਰੇ ਤਾਏ ਜੀ ਨੇ ਤਿੰਨ ਮੰਜ਼ਲੀ ਪਈਆਂ ਹੋਈਆਂ ਡੇਰੇ 'ਚ, ਤਿੰਨ ਮੰਜ਼ਲੀ ਮੇਰੇ ਤਾਏ ਜੀ ਨੇ ਪਾ ਲੈਂਦੇ ਜੀ। ਹੁਣ ਇਹਦੇ ਵਿੱਚ ਸਾਨੂੰ ਇਹ ਘਾਟਾ ਪੈ ਗਿਆ, ਬਾਹਰ ਤਾਂ ਸਾਰੇ ਪਰਿਵਾਰ ਦੇ ਬਥੇਰੀਆਂ ਕੋਠੀਆਂ ਪਈਆਂ ਪਈਆਂ ਨੇ, ਇਹ ਹਵੇਲੀ 'ਚ ਨਹੀਂ ਰਹਿਣਾ ਰਿਹਾ ਸਾਨੂੰ। ਇਹਦੇ ਕਰਕੇ ਅਸੀਂ ਤਾਂ ਡੇਰੇ ਦੇ ਵਿੱਚ ਤਾਂ ਹੀ ਪੰਜ ਮੰਜ਼ਲਾਂ ਬਣਾਈਆਂ ਨੇ। ਬਾਬਾ ਮਾਧੋਦਾਸ ਦੇ ਡੇਰੇ ਨੂੰ ਲੈ ਕੇ ਪਿੰਡ ਵਿੱਚ ਅਥਾ ਸ਼ਰਧਾ ਹੈ। ਮਾਨਤਾ ਹੈ ਕਿ ਬਾਬਾ ਮਾਧੋਦਾਸ ਜੀ ਨੇ ਇੱਥੇ ਆ ਕੇ ਤਪੱਸਿਆ ਕੀਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਡੇਰੇ ਵਿੱਚ ਆ ਕੇ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਨੇ, ਬਿਮਾਰੀ ਚਾਹੇ ਲਾ ਇਲਾਜ ਹੋਵੇ ਇੱਥੇ ਆ ਕੇ ਠੀਕ ਹੋ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਨਤਾਂ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ। ਬਹੁਤ ਜ਼ਿਆਦਾ ਸ਼ਕਤੀ ਹੈ। ਮੇਰਾ ਬੇਟੇ ਨੂੰ ਕੌਂਟਲਾਈਜ਼ ਹੋ ਗਿਆ ਸੀ, ਅਤੇ ਇਹ ਕੌਂਟਲਾਈਜ਼ ਹੁੰਦੀ ਹੈ ਇੱਕ ਹੱਡੀਆਂ ਦਾ ਭਰਮ ਦਾ, ਉਹਨੂੰ ਹੱਡੀਆਂ ਭਰਮ, ਉਹਨੂੰ ਬੈੱਡ 'ਤੇ ਪਾਤਾ ਸੀ, ਬੈੱਡ 'ਤੇ ਪਾਤਾ, ਕਿਤੇ ਲਾਲ ਲਾਲ ਬਿਮਾਰੀ ਹੈ, ਕਿਤੇ ਇਲਾਜ ਨਹੀਂ ਦੁਨੀਆ 'ਚ, ਉਹਦੇ ਇੱਟਾਂ ਬੰਨ ਕੇ ਉਹਨੂੰ ਪਾਤਾ ਸੀ। 17 ਸਾਲ ਦੀ ਉਹਦੀ ਏਜ ਹੈ ਮੇਰੇ ਬੇਟੇ ਦੀ, ਉਹ ਉਰੇ ਲੈ ਕੇ ਨਹੀਂ ਆ ਸਕਦੇ, ਤੁਰਨਾ ਉਹਨਾਂ ਨੇ ਬੰਦ ਕਰਦੇ, ਕੰਚ ਦਾ ਸਰੀਰ ਬਣ ਗਿਆ ਸੀ ਉਹਦਾ। ਮੈਂ ਉਹਦੇ ਸੱਚੀ ਸੇਵਾ ਕੀਤੀ ਹੈ ਜੀ, ਮੈਂ ਆਪਦਾ ਸਾਰਾ ਕਾਰੋਬਾਰ ਛੱਡਤਾ ਸੀ, ਬਾਈਂਡ ਅਪ ਕਰਤਾ ਸੀ, ਜਿਹੜਾ ਆਪਦਾ ਚੱਲ ਰਿਹਾ ਬਿਜ਼ਨਸ ਹੋਰ ਬੰਦਿਆਂ ਨੂੰ ਕਰਤਾ ਸੀ, ਅਤੇ ਮੈਂ ਉਰੇ ਸੇਵਾ ਹੀ ਕਰੀ ਗਿਆ ਬਿਲਕੁਲ। ਮੈਂ ਤੁਸੀਂ ਉਰੇ ਸਪਤਾਹ ਸੀ, ਮੈਂ ਸਪਤਾਹ 'ਚ ਆਪਦੇ ਬੇਟੇ ਨੂੰ ਕਿਹਾ ਵੀ ਤੈਨੂੰ ਸਾਰਾ ਕੁਝ ਛੱਡ ਦੇ, ਤੈਨੂੰ ਡੇਰੇ 'ਚ ਲੈ ਕੇ ਜਾਣਾ, ਤੁਸੀਂ ਮੰਨਣਾ ਨਹੀਂ, ਮੈਂ ਫੋੜੀਆਂ 'ਤੇ ਉਰੇ ਲੈ ਕੇ ਆਇਆ, ਸਪਤਾਹ 'ਚ ਸਾਰਾ ਪਿੰਡ ਜਾਣਦਾ। ਉਦੋਂ ਬਾਅਦ ਉਰੋ ਜਾਣ ਤੋਂ ਬਾਅਦ ਬਿਲਕੁਲ ਤੁਰਨ ਲੱਗ ਗਿਆ, ਡਾਕਟਰ ਵੀ ਹੈਰਾਨ ਨੇ, PGI ਦੇ ਹੈਰਾਨ ਨੇ, ਮੈਂ ਬਾਹਰ ਅਮਰੀਕਾ ਤੋਂ ਵੀ ਇਲਾਜ ਕਰਾਇਆ ਉਹਦਾ, ਸਾਰੇ ਹੈਰਾਨ ਨੇ ਵੀ ਉਹਦਾ ਕੌਂਟਲਾਈਜ਼ ਕਿਵੇਂ ਠੀਕ ਹੋ ਸਕਦਾ। ਡੇਰੇ ਦੀ ਇੰਨੀ ਸ਼ਕਤੀ ਹੈ ਜੀ, ਕੋਈ ਸੋਚ ਹੀ ਨਹੀਂ ਸਕਦਾ। ਜੇ ਮੱਝ ਆਪਣੇ ਆਪ ਆਉਂਦੀ ਜੋ ਬਿਨਾਂ ਸੂਈ, ਅਵਸਰ ਝੋਟੀ ਉਰੇ ਦੁੱਧ ਦੇ ਕੇ ਜਾਂਦੀ, ਔਰ ਸੰਤਾਂ ਦਾ ਚਿੱਪੀ ਜਾਂ ਤੁੰਬਾ ਜੋ ਭਰ ਕੇ ਚਲੀ ਜਾਂਦੀ। ਇੱਕ ਦਿਨ ਉਸਦਾ ਜੋ ਮਾਲਕ ਸੀ ਉਹਦਾ ਪਿੱਛਾ ਕਰਨ ਲੱਗਿਆ ਵੀ ਇਹ ਕੁਛ ਚਿਰ ਵਾਸਤੇ ਜਾਂਦੀ ਆ, ਇਹ ਕਿੱਧਰ ਕੀ ਕਰਨ ਜਾਂਦੀ ਆ। ਉਹਦਾ ਪਿੱਛਾ ਕਰਦੇ ਕਰਦੇ ਝਨੇੜੀ ਇਸ ਝਿੜੀ 'ਚ ਆਏ ਜੀ ਜ਼ਿਮੀਂਦਾਰ। ਉੱਥੇ ਜਦੋਂ ਸੰਤਾਂ ਦੇ ਕੋਲੋਂ ਮੱਝ ਦੀ ਦੁੱਧ ਦੰਦੀ ਦੇਖ ਕੇ ਉਹ ਸ਼ਰਮਿੰਦਾ ਹੋਏ, ਅਤੇ ਉਹਨਾਂ ਨੇ ਉਹਨਾਂ ਨੂੰ ਪ੍ਰਾਰਥਨਾ ਕਰੀ, ਬੇਨਤੀ ਕਰੀ, ਹੈਂਜੀ, ਭੁੱਲਾਂ ਬਖਸਾਉਣ ਵਾਸਤੇ ਗੱਲ ਕਰੀ, ਤਾਂ ਉਹ ਕਹਿੰਦੇ। ਫਿਰ ਉਸ ਤੋਂ ਬਾਅਦ ਜੀ ਉਹ ਪੂਰੇ ਦੁੱਧ ਉੱਪੜਦਾ ਕਰਦੇ ਰਹੇ, ਲੰਗਰ ਪਾਣੀ ਭੇਜਦੇ ਰਹੇ ਜੀ, ਸੇਵਾ ਸੰਤਾਂ ਦੀ ਕਰਦੇ ਰਹੇ। ਉਹ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ, ਤੁਸੀਂ ਕਿੰਨਾ ਕੁ ਚਿਰ ਲਿਆਓਗੇ, ਕੰਮ ਦੇ ਡਿੱਕੇ ਹੋ ਜਾਂਦੇ ਨੇ, ਤੁਸੀਂ ਇੱਥੇ ਨਗਰ ਬੰਨੋ। ਉਸ ਤੋਂ ਬਾਅਦ ਝਿੜੀ ਤੀ, ਇਹ ਝਿੜੀ ਤੋਂ ਬਾਅਦ ਝਨੇੜੀ ਬਣੀ ਜੀ, ਡੇਰਾ ਬਣਿਆ ਜੀ। ਫਿਲਹਾਲ ਪਿੰਡ ਝਨੇੜੀ ਲੋਕਾਂ ਲਈ ਰਹੱਸ ਦਾ ਕਾਰਨ ਬਣਿਆ ਹੋਇਆ ਹੈ। ਲੋਕ ਸਮਝ ਨਹੀਂ ਪਾ ਰਹੇ ਉਹ ਕੀ ਸ਼ਕਤੀ ਹੈ ਜਿਸ ਕਾਰਨ ਇੱਥੇ ਕੋਈ ਵੀ ਡੇਰੇ ਤੋਂ ਉੱਚਾ ਮਕਾਨ ਨਹੀਂ ਪਾ ਸਕਦਾ। ਲੋਕ ਇੱਥੇ ਮੰਨਤਾਂ ਮੰਗਣ ਆਉਂਦੇ ਨੇ, ਪਰ ਡੇਰੇ ਤੋਂ ਉੱਚਾ ਮਕਾਨ ਪਾਉਣ ਦੀ ਹਿੰਮਤ ਕੋਈ ਨਹੀਂ ਕਰਦਾ। ਸੰਗਰੂਰ ਤੋਂ ਰਾਜੇਸ਼ ਕੋਹਲੀ, ਜਗਬਾਣੀ TV।